ਗੱਲ ਹੈ ਜੀ। ਇੱਥੇ ਕੋਠੇ ਬੱਗੂ ਰਾਜਵੀਰ ਕੌਰ ਦੀ ਲੇਡੀ ਲੇਡੀ ਦੇ ਮਦਰ ਦੀ ਇਨਫੋਰਮੇਸ਼ਨ ਆਈ, ਅਸੀਂ ਮੌਕੇ 'ਤੇ ਪਹੁੰਚੇ ਅਤੇ ਐਗਜ਼ਾਮਿਨ ਕਰ ਰਹੇ ਅਤੇ ਜਸਟ ਉਸ ਤੋਂ ਬਾਅਦ ਸਾਰਾ ਕਾਰਵਾਈ ਕਰਾਂਗੇ। ਜਿੱਥੇ ਸਰ ਕੋਈ ਲੁੱਟਪਾਟ ਦਾ ਮਾਮਲਾ ਜਾਂ ਕੋਈ ਪੁਰਾਣੀ ਕੋਈ ਲੁੱਟਪਾਟ ਦਾ ਮਾਮਲਾ ਨਹੀਂ, ਅਜੇ ਇਨਵੈਸਟੀਗੇਸ਼ਨ ਹੋ ਰਹੀ, ਉਸ ਤੋਂ ਬਾਅਦ ਸਾਰਾ ਉਹ ਦੱਸ ਦਾਂਗੇ। ਲੁੱਟਪਾਟ ਦਾ ਮਾਮਲਾ ਕੋਈ ਨਜ਼ਰ ਨਹੀਂ ਆਇਆ ਜੀ। ਸਰ ਲੇਡੀ ਡੈਥ ਹੋ ਗਈ ਜੀ? ਹਾਂ, ਲੇਡੀ ਦੀ ਡੈਥ ਹੋ ਗਈ ਆ, ਜਿਹੜੇ ਇਹਦਾ ਹਸਬੈਂਡ ਆ ਉਹਦੇ ਸੱਟਾਂ ਲੱਗੀਆਂ ਨੇ, ਬੱਚਿਆਂ ਦੇ ਦੋ ਬੱਚੇ ਦੇ, ਉਹਨਾਂ ਦੇ ਮੂੰਹ ਦੀ ਸੱਟਾਂ ਨੇ। ਠੀਕ, 12 ਕੁ ਵਜੇ ਦੀ ਗੱਲ ਆ ਅਤੇ ਬੰਦੇ ਆਏ ਸੀਗੇ, 5-6 ਬੰਦੇ ਦੱਸਦੇ ਆ ਅਤੇ ਅੰਦਰ ਪਏ ਸੀਗੇ ਇਹ ਬੰਦੇ ਅਤੇ ਗੇਟ ਖੁੱਲ੍ਹਾ ਸੀਗਾ ਇਹਨਾਂ ਦਾ ਜੀ, ਅਤੇ ਅੰਦਰੋਂ ਖਿੱਚ ਕੇ ਲੈ ਆਏ ਉਹਨੂੰ ਬਾਹਰ, ਲਿਆ ਕੇ ਜਨਾਨੀ ਹੈ ਜਿਹੜੀ ਉਹਦੇ ਦਾਦੂ ਮਾਰ ਕੇ ਉਹਦੇ ਵੜਤੀ ਆ, ਅਤੇ ਜਿਹੜਾ ਮੁੰਡਾ ਵਾ ਘਰ ਵਾਲਾ ਉਹਦਾ ਉਹ ਜ਼ਖਮੀ ਆ, ਉਹਨੂੰ ਹਸਪਤਾਲ ਪਹੁੰਚਾਤਾ ਵਾ ਰਾਤ ਉਹਨਾਂ ਨੇ। ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਲੱਗ ਰਹੀ? ਕੋਈ ਨਹੀਂ, ਪੁਰਾਣੀ ਇਹਨਾਂ ਦੀ ਕੋਈ ਰੰਜਿਸ਼ ਨਹੀਂ, ਮੁੰਡਾ ਬਹੁਤ ਵਧੀਆ ਜੀ, ਕਿਸੇ ਨਾਲ ਇਹਦਾ ਕੋਈ ਹੈ ਨਹੀਂ ਲੜਾਈ ਝਗੜਾ ਬਿਲਕੁਲ ਹੀ। ਠੀਕ, ਅਤੇ ਇਹ ਪਤਾ ਨਹੀਂ ਲੱਗਿਆ। ਪੁਲਿਸ ਪਹੁੰਚ ਗਈ ਸੀ ਅੱਜ ਮੌਕੇ ਸਵੇਰੇ? ਪੁਲਿਸ ਤਾਂ ਸਵੇਰੇ ਆਈ ਜੀ, ਹੁਣ ਆਈ ਹੈ। ਠੀਕ, ਹੁਣ ਆਈ। ਠੀਕ, ਸਿੱਧਾ ਕਮਰੇ ਦੇ ਅੰਦਰ ਗਏ? ਅੱਛਾ ਜੀ, ਕਮਰੇ 'ਚ ਅਸੀਂ ਪਏ, ਸਾਨੂੰ ਪੈ ਗਏ। ਕਿੰਨੇ ਬੰਦੇ ਸੀਗੇ? ਮੇਰੇ ਅੰਦਰ ਤਾਂ 2 ਹੀ ਆਏ ਆ, ਬਾਕੀ 4 ਬਾਹਰ ਖੜੇ ਸੀ। ਉਹਨਾਂ ਨੇ ਫਿਰ ਕੋਈ ਦਾਦੂ ਜਾਂ ਹਥਿਆਰ ਵੀ ਸੀ ਉਹਨਾਂ ਕੋਲ? ਹਾਂ, ਉਹਨਾਂ ਕੋਲ ਮੇਰੇ ਦਾਸ ਪਿੱਛੇ ਪਿੱਛੇ ਬਾਹਰ ਕੀਤੇ ਉਹਨਾਂ ਸਾਡੇ। ਤੁਹਾਡੀ ਘਰ ਵਾਲੀ ਡੈਥ ਹੋ ਗਈ? ਨਹੀਂ, ਮੈਨੂੰ ਹਜੇ ਕੁਛ ਨਹੀਂ ਦੱਸਿਆ। ਠੀਕ ਹੈ, ਤੇ ਆਪਣੇ ਬੱਚਿਆਂ ਦੇ ਸੱਟਾਂ ਵਜੋਂ? ਬੱਚਾ ਦੇ ਇੱਕ, ਦੋਨਾਂ ਦੇ ਲੱਗੀ ਆ ਬਾਹਰ ਦਾ। ਪੁਲਿਸ ਆ ਗਈ ਸੀਗੀ ਮੌਕੇ ਦੇ? ਪਤਾ ਨਹੀਂ, ਮੇਰੇ ਮੈਂ ਤਾਂ ਇੱਥੇ ਆ ਗਿਆ ਸੀ। ਠੀਕ ਹੈ, ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਆਪਣੀ? ਨਾ ਮੇਰੇ ਕਿਸੇ ਨਾਲ ਜੀ। ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਘਰ ਬੈਠੇ ਸਮਾਧਾਨ। ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। ਸੰਪਰਕ 70 3 49 98 81।